ओके जी छोटा मरे ना हां और ये 100 फुट झिका पक्का पे निर्दय मैं लता कम जा खेने देखा ना जर्मन शेफर्ड बड़ा वीआईपी चीज होती है टंगा देखो यहां देशा मोड से राया मतलब मैं के पता के ई पासो कमान दी वे ते ई पासो कमान ते पेटू क्या बे उथा भी कमान जरा पटी ना बे कपी ना बे ना बिस्मिल्लाह रहमान रहीम अस्सलाम वालेकुम क्या हाल जी ठीक हो तबे से ठीक है मैं हनुमान अहमद सुन पे YouTube चैनल नुमान व्लॉग्स ओ मोहम्मद शाह किधर गए मोहम्मद शाह किधर गए मोहम्मद शाह हैं कूदे गए परम भज गए हां परम क्या करन पता नहीं कोई पता क्या नहीं कुछ स्प्रे दे के थी नहीं है बताओ सही क्या हाल है अस्सलाम वालेकुम ਇਹਦਾ ਪਟ ਆਲੇ ਮਾਉ ਤੇ ਇਹ ਪਿਆਦ ਸਪਰੇ ਥਈ ਪੀ ਦੇ ਵਿੱਚ ਕੋਈ ਨਹੀਂ ਪੀ ਮਾਮਾ ਹਾਂ ਇਹ ਸ਼ਾਪ ਤੇ ਲੈ ਮੈਂ ਸਪਰੇ ਅਜੇ ਦੁਆ ਸੰਤ ਕਰ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵੀਰ ਜੀ ਨੇ ਸਲਾਮ ਕਰਨ ਦਾ ਸਟਾਈਲ ਚੈੱਕ ਕਰੋ ਬਲਾ ਇੱਕ ਦਵਾ ਅਸਲਾਮ ਅਲੈਕੁਮ ਫੈਮਿਲੀ ਵੀਰ ਜੀ ਅਸਾਂ ਜਿਹੜੇ ਟੁਰਦੇ ਫਿਰਦੇ ਆ ਤੇ ਘੁੰਮਦੇ ਫਿਰਦੇ ਆ ਤੇ ਸਾਰੀ ਵੀਡੀਓ ਨਾਲ ਰਵੇ ਸਾਰੇ ਨਾਲ ਜੁੜੇ ਰਵੇ ਸਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਤੇ ਕਲਿੱਕ ਕਰ ਸਕੇ ਆਮ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਮੇਸ਼ਾ ਤੂੰ ਹੀ ਆ ਗੱਲ ਸਾਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਹੀਂ ਪਿਛਲੀ ਵਾਰ ਜੀ ਆਖਿਆ ਮਾਮੂ ਦੇ YouTube ਚੈਨਲ ਨੂੰ ਮਾਮੂ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੈਰੀ ਗੁੱਡ ਵੀਵਰਸ ਹੁਣ ਲਾਜ਼ਮੀ ਸਬਸਕ੍ਰਾਈਬ ਵੀਵਰਸ ਹੁਣ ਲਾਜ਼ਮੀ ਸਬਸਕ੍ਰਾਈਬ ਕਰੇ ਸੋ ਮਮਾ ਸ਼ਾਹ ਦੇ ਇਲਾਕੇ ਦੇ ਵਿੱਚ ਜਿੱਥਾ ਕਮਾਂ ਦੇ ਕੇ ਕਮਾਂ ਸਮਝੇ ਨਾ ਕਮਾਂ ਕਿਸ ਕਰਨਾ ਗੰਨੇ ਨਹੀਂ ਨਹੀਂ ਗੰਨੇ ਨਹੀਂ ਸਰਦੇ ਜੂਸ ਜੂਸ ਠੀਕ ਹੈ ਵੀਰ ਦੇ ਨਵਾਂ ਬੰਦਾ ਹੈ ਕਮਾਂ ਜਿਹੜਾ ਜੂਸ ਪੀਦੇ ਨੇ ਉਹ ਕਮਾਂ ਉਹ ਹੁੰਦਾ ਹੈ ਜਿਹੜਾ ਉਹ ਖਜੇ ਚਾਣ ਲਾਉਂਦਾ ਹੈ ਹਾਂ ਵੈਸੇ ਇੱਕ ਕਮਾਂ ਸਰਦੇ ਨੇ ਇਹ ਪਾਸੋਂ ਕਮਾਂ ਦੀ ਵੇ ਤੇ ਇਹ ਪਾਸੋਂ ਕਮਾਂ ਕੇ ਪੇਟੂ ਕਿਆ ਬੈ ਉੱਥੇ ਵੀ ਕਮਾਂ ਜਿਹੜਾ ਪਟੀ ਨਾ ਪੈ ਕਪੀ ਨਾ ਪੈ ਨਾ ਉਥੋਂ ਵੀ ਡਾਂਦਾ ਦੇ ਲੱਡੀਂਦਾ ਪੈ ਪਿੱਛੋਂ ਡਾਂਦ ਲੱਡਿਆ ਖੜਾ ਲੋਦ ਤੇ ਖੜਾ ਡਾਂਦ ਹਰੇੜੀ ਦੇ ਕਮਾਂ ਲੋਦ ਤੇ ਖੜਾ ਤੇ ਡਾਂਦ ਖੜਨ ਦੇ ਰੋਕੋ ਕਿਦੇ ਮਾਪ ਹੈ ਗੰਨੇ ਨਹੀਂ ਲਾਉਣੇ ਮਾਫੀ ਦੇ ਗੰਨੇ ਨਹੀਂ ਲਾਉਣੇ ਕਿਉਂਕਿ ਗੰਨੇ ਲੈ ਸੀ ਤਾਂ ਸਾਰੇ ਕਪੜੇ ਖਰਾਬ ਥੀ ਵੈਸੇ ਅਸਾਂ ਤਿਆਰੀ ਸ਼ਰੀ ਕਰਕੇ ਆਪਾਂ ਪੋਟੈਟ ਬਣੇ ਬਦੇ ਉਹ ਦੇਖੋ ਵੀਰਸ ਮਮਾ ਚ ਤੋੜ ਪਹੁੰਚ ਗਏ ਹੁੰਦੇ ਹਾਂ ਜੀਰਾ ਕਰੋ हवा थका खड़ा हो जुलू यार घर की नहीं वैसे ना वीवर्स आज धूप ही बड़ी जबरदस्त निकली खड़ी है ते हवा ही बड़ी जबरदस्त खुली खड़ी है गर्मी भी है ते सर्दी भी है खुले इलाके दे विच सर्दी लगती है अगर तुसा कहीं दीवार दे टेक लग के बैठ जाओ तो हवा क्रास न थी वे उत्थ धूप चस्क रही है मैं तो आप हुण खैर धां के निकले घरों ते जरी एक सर्दी मुक लगती खड़ी है ओए किदे तुसा लांगा च जांदे वे मैं तो भैया लायक हूं बिना गाल हंसो सीधी मेरे कपड़े खराब करे ओए कपड़े खराब करे भैया के नहीं करेंदा हां क्यों नहीं करा वाह भी वाह नहीं करेंदा कपड़े खराब करे से सड़ गए तेनू मैं रखा वा, वापस करा वापस करा मैं चलो वापस करो कपड़े खराब करे मेरे के तेरा के इंजन वाला मतलब के तेरा तू रखा ना वापस चलो वापस ले आई वैसू ये मेरे कपड़े जिन्हें मर्जी का मसला कहीं नहीं मर्जी सारे कपड़े का मसला सारे कपड़े खराब थी मैं बिच्छू बैठा मैं वो एन फात बस दूर तो मेरे कपड़े को लाग बैगन है मैं तेरे सही लाग रहे जितने तू खड़े हो सो ठीक है पक्का वादा ओके जी छोटा मरे हाँ अच्छा किसा खड़ा है देशा मोड़ से राया मतलब मैं के पता के जा मतलब वो राया का राया नहीं केड़ा राया के सुन रहे मैं के बोला के जो मैंने केड़ा तेल उससे हालात है अच्छा उस वाला तेल ई हो ना मैं नु क्या पता केड़ा राया दे क्या चीज चीज है अच्छा विवर असल सराय किसने ने साग उस सर में जेड़े पीले फूल नहीं होते साग वाले ये उस ने राया मैं पहली बार सुन रहा हूं राया देखा पानी लग गया पानी कैसा पानी लगा पानी गन्ने का पानी लग गए ये शुक्र कर मेरा इशारा बच गए
ਵੀਰ ਲਾਹਣ ਲੱਗੇ ਮੋਟਰਸਾਈਕਲ ਨੂੰ ਗੰਨਾ ਇੱਥਾ ਫਸਾ ਕੇ ਤੇ ਤਰੋੜੇ ਦੀ ਨਵੇਂ ਸਟਾਈਲ ਦਾ ਗੰਨਾ ਬੰਨੇ। ਵਾਹ ਉਸਤਾਦ ਆ ਤੇਰਾ ਨਵਾਂ ਸਟਾਈਲ ਸਾਡੇ ਸ਼ਹਿਰ ਮਣਾ ਕਰ ਸਟਿਆ। ਪਹਿਲੀ ਵਾਰ ਮੁਹੰਮਦ ਸ਼ਾਹ ਦੀ 12 ਤੇ ਪਹੁੰਚ ਗਏ, ਮਤਲਬ ਇੱਕ ਜਿਹੜਾ ਇਹਨਾਂ ਦਾ ਰਕਬਾ ਹੈ ਨਾ, ਰਕਬੇ ਦੇ ਉੱਤੇ ਇਹਨਾਂ ਦੀ 12 ਲੱਗੀ ਹੋਈ ਬਿਜਲੀ ਵਾਲੀ, ਵੀ ਉਹ ਚਲਦੀ ਖੜੀ, ਮੈਂ ਤੁਹਾਨੂੰ ਉਹ ਵੀ ਦਿਖਾਇਆ ਅਤੇ ਦੇਰਾ ਬਿਨ ਇਹਨਾਂ ਦਾ 12 ਲਿਖਿਆ ਨਾ, ਤਕਰੀਬਨ 100 ਫੁੱਟ ਛਿੱਕਾ ਹੀ ਪੱਖਾ ਜਿਹਾ ਤਾਂ ਲੱਗਿਆ, ਜਿੱਦਾਂ ਮੋਟਰ ਲੱਗੀ ਹੋਈ ਬਿਜਲੀ ਵਾਲੀ ਮੋਟਰ, 100 ਫੁੱਟ ਜਿੱਕੀ ਮੋਟਰ ਤਲੇ ਗਈ ਪਈ ਹੈ। ਪਾਣੀ ਕਰੰਟ ਹੈ ਕਿਵੇਂ? ਨਾ ਨਾ ਤੂੰ ਨਾ ਲਾ ਉਸ ਜੇ, ਲੈ ਮੁੜ ਉਸ ਹੱਥ ਲਾਓ, ਲੈ ਮੁੜ ਲਾਓ ਵੀ ਜੇ, ਮੈਂ ਤਾਂ ਫਿਰ ਨਹੀਂ ਲੈਂਦਾ, ਮੈਂ ਤਾਂ ਲਾਵਾਂ ਮੈਂ ਲੈਂਦਾ। ਵੀਰ ਇਹ 100 ਫੁੱਟ ਜਿੱਕਾ ਪੱਖਾ ਪੈ ਗਿਆ, ਡਰਦਾ ਮੈਂ ਲੱਤਾਂ ਕੰਬਦੀਆਂ ਖੜੀਆਂ ਦੇਖਣ ਨਾਲ, ਮੈਂ ਖੁਦ ਦੀਦ ਨਾਲ ਨਹੀਂ ਦੇਖਣਾ। ਬੜਾ ਜਿੱਕਾ ਹੈ, ਬੜਾ ਜਿੱਕਾ ਹੈ। ਸਲਾਮ ਅਲੈਕੁਮ, ਅਏ ਸਲਾਮ ਕਰ, ਚਾਟਾ ਤਾਂ ਮਾਰ, ਪਕੜ ਹੱਥ, ਹਾਂ ਕੀ ਹਾਲ, ਠੀਕ ਹੈ? ਇਹ ਕਿਸ ਤਰ੍ਹਾਂ ਦੀ ਪਈ ਹੈ? ਕਿਆ ਤੇਰੀ ਵੀਡੀਓ ਬਣਦੀ ਪਈ ਹੈ? ਤੇਰੀ ਵੀਡੀਓ ਬਣਦੀ, ਕਿਆ ਨਾਂ ਹੈ ਤੇਰਾ? ਤੇਰਾ ਨਾਂ ਕਿਆ? ਹਾਂ ਇਹ ਜਿਹੜੇ ਤਰ੍ਹਾਂ ਦੇ ਪੈਣਾ ਉਹਨਾਂ ਦਾ ਨਿੱਕਾ, ਅਤੇ ਅਦੇ ਕਿਆ ਬਣਦਾ ਪਿਆ? ਮੈਂ ਕਿ ਤੇਰੀ ਵੀਡੀਓ ਬਣਦੀ ਪਈ ਹੈ। ਉਹ ਬਸ ਕਰ, ਉਹ ਫੜਿਆ ਬਸ ਕਰ, ਤੂੰ ਲੱਗਾ ਪਿਆ ਸੀ ਕਿ ਗੰਨੇ ਨੂੰ ਯਕੇ ਲਈ ਹੋ, ਹਾਂ ਲੈ ਲੈ ਚਾਰ ਯਕੇ ਚਾਰ ਹੁਣ ਇਹ ਮੰਮਾ ਦੇ ਦੂਚ ਇਹ ਬਾਈ ਚਾਰ ਹੂੰ ਗੰਨੇ ਲੈ ਬਾਈ ਮਜ਼ੇ ਕਰ, ਹਾਂ ਤੇ ਮੋਖ ਦਾ ਮਾਲ ਮੇਰਾ ਹੁਣ ਸ਼ਾਇਦ ਮਰਨਾ ਕੱਟਦਾ ਮੈਂ ਤੂੰ ਉਹ ਕਿਸੇ ਵੇਖਾ ਵੀ ਰਾਜਾ ਉਹ ਕਿੱਥੇ ਬਲਾ ਪੀਲਾ ਫੁੱਲਾਂ ਨਾਲ ਖੜੇ ਸੀ ਉਹਨੇ ਚੱਲ ਸੂ ਪਰ ਵੇਖ ਲਿਆ ਸੂ ਵੀਰ ਤੋ ਨਵੀਂ ਸ਼ਾਇਦ ਦਿਖਾਉਣੀ ਹੈ ਰਾਜਾ ਕਿਸ਼ਾ ਰਾਜਾ ਦਿਖਾਉਣਾ ਉਸ ਵਾਲਾ ਰਾਜਾ ਦਿਖਾਉਣਾ ਫੈਮਲੀ ਵਰਜ ਇੱਥੇ ਟੁਰ ਫਿਰ ਕੀਤਾ ਸੀ ਵੀਡੀਓ ਵਗੈਰਾ ਵੀ ਬਣਾ ਕੀਤਾ ਸੀ ਮੁਹੰਮਦ ਸ਼ਾਹ ਦੀ ਵੀਡੀਓ ਮੈਂ ਵੀ ਬਣਾਉਣ ਅਤੇ ਮੇਰੇ ਵੀਡੀਓ ਵੀ ਬਣਾਏ ਨੇ ਅਤੇ ਕਾਫੀ ਇੰਜੋਏ ਕੀਤਾ ਸੀ ਅਤੇ ਹੁਣ ਜੋ ਲੱਗੇ ਤੁਹਾਨੂੰ ਮੁਹੰਮਦ ਸ਼ਾਹ ਦਾ ਰਾਜਾ ਦੇਖਿਆ ਨੇ ਮੁਹੰਮਦ ਸ਼ਾਹ ਕਿਸੇ ਦੇਖਣੀ ਹੈ ਰਾਜਾ ਉਸ ਵਾਲਾ ਰਾਜਾ ਜੋ ਲੱਗੇ ਦੇਖਦੇ ਹਾਂ ਉਸ ਵਾਲਾ ਜਿਹਾ ਵੰਡ ਹੈ ਮੈਂ ਆਪਣੀ ਮੋਟਰਸਾਈਕਲ ਚੈੱਕ ਕਰਦਾ ਮੋਟਰਸਾਈਕਲ ਦੇ ਜੂਸ ਉਸ ਵਾਲੇ ਰਾਜਾ ਦੇਖ ਸੂੰ ਅਤੇ ਬਲਾ ਜਿਹੜੀ ਸਿਚੁਏਸ਼ਨ ਹੋਈ ਸੀ ਮੈਂ ਤੁਹਾਨੂੰ ਸ਼ੇਅਰ ਕਰਿਆ ਸਾਂ ਹੱਥ ਧੋਦਾ ਪਿਆ ਜੀ ਵਾਹ ਬਾਈ ਵਾਹ ਧੋ ਲੈ ਵੀ ਹੱਥ ਹੱਥ ਧੋ ਲੈ ਵੀ ਫਿਰ ਨਹੀਂ ਵੀ ਵਰਜ ਇਹਨਾਂ ਦੇ ਰਾਏ ਕੋਲ ਪਹੁੰਚ ਗਏ ਇਹ ਤਾਂ ਰਾਏ ਵੇ ਵਾਹ ਜੀ ਵਾਹ ਸਾਰੇ ਪਾਸੇ ਕੋਈ ਸਾਗ ਥਰੇ ਨੇ ਪੀਲੇ ਫੁੱਲਾਂ ਵਾਲਾ ਸਾਗ ਹੀ ਸਾਗ ਹੀ ਆਉਂਦਾ ਮਾਮੂ ਜੀ ਮਾਮੂ ਸਾਗ ਨਹੀਂ ਆਉਂਦਾ ਸਾਰੇ ਪਾਸੇ ਜੋ ਹੁੰਦੀ ਸਰਮੀ ਹੈ ਆ ਨਿਕਲਦਾ ਹੁੰਦਾ ਵੀ ਉਹਦੇ ਵਿੱਚ ਹੋਰ ਆ ਜਾਂਦਾ ਉਹ ਸਾਗ ਨਹੀਂ ਹੈ ਇਹ ਜੀ ਸਾਗ ਹੁੰਦਾ ਹੈ ਕੋਕੁੱਟ ਸੇ ਸਮੇਂ ਮਾਮੂ ਜੀ ਇਹ ਸਾਗ ਹੈ ਕਿਸ਼ ਨਹੀਂ ਸਾਗ ਇਹ ਸਾਗ ਹੈ ਸਾਗ ਯਾਰ ਜਿਹੜੇ ਮੈਂ ਕੋ ਯਾਦ ਹੈ ਜਿਹੜੇ ਪਤਰੇ ਇੰਨਾ ਹੀ ਉਸ ਪਟੇ ਦੇ ਉਹਦੇ ਘਰ ਪਕਾਉਂਦੇ ਹੁੰਦੇ ਸੀ ਅੱਛਾ ਉਹ ਨੂੰ ਇਹਨਾਂ ਇਹ ਤੋਂ ਸੀ ਤੇ ਹੁਣ ਇਹ ਦੇ ਪਤਰੇ ਨੇ ਪਤਰ ਹਾਂ ਇਹ ਪਤਰ ਯਾਰ ਇਹ ਤਾਂ ਬਾਅਦ ਹੀ ਨਿਕਲ ਆਉਂਦਾ ਉਹਨਾਂ ਪਿੱਛੇ ਚਾਚੂ ਰਮਜ਼ਾਨ ਹਨ ਬਾਈ ਰਜ਼ਾਕ ਇਕੱਠੇ ਉਹਨਾਂ ਕੋਲ ਆਉਂਦਾ ਮੈਂ ਉਹਨਾਂ ਨਾਲ ਚੰਗੀ ਦੁਆ ਸਲਾਮ ਹੈ ਮੇਰੀ ਅਤੇ ਉਹਨਾਂ ਦੇ ਬੇਟੇ ਸਾਹਿਬ ਹਨ ਅਤੇ ਉਹ ਘਰ ਵਧੇ ਕੋਈ ਕਿਹੜੇ ਮੁਲਤਾਨ ਗਏ ਚਾਚੂ ਰਮਜ਼ਾਨ ਉਹ ਮੁਲਤਾਨ ਗਏ ਉਹਦੇ ਮਤਲਬ ਆਪਣਾ ਕੋਈ ਰਿਸ਼ਤੇਦਾਰਾਂ ਕੋਲੋਂ ਅਤੇ ਇਹਨਾਂ ਕੋਲ ਮੈਂ ਕਿ ਇੱਕ ਦੋ ਮਤਲਬ ਕੁੱਤੇ ਗਿਣ ਗਿਆ ਮੈਂ ਬੁਲੀ ਡੋਗ ਹਨ ਅਤੇ ਮੇਰੇ ਗੁਲਚਾ ਗੁਲਰ ਚਾਹ ਗਿਆ ਮੈਂ ਉਹ ਮਰ ਗਏ ਹਨ
ਤੇ ਹੁਣ ਇਹਨਾਂ ਕਹਿੰਦੇ ਜਰਮਨ ਸ਼ਾਫਟ ਇੱਕ ਕੁੱਤੀ ਖੜੀ ਹੈ ਤੇ ਇਹਨਾਂ ਕੋਲ ਦਾ ਖਾਣਾ ਵੀ ਇਹ ਕੁੱਤੀ ਦਾ ਗੁਲਰ ਜਿਹੜਾ ਨਾ ਤੁਹਾਨੂੰ ਕੋ ਲਾਜ਼ਮੀ ਨਹੀਂ ਬਣਿਆ ਠੀਕ ਹੈ ਭਈਆ ਠੀਕ ਹੋ ਗਿਆ ਇਹ ਤੁਹਾਡੇ ਜ਼ਿੰਮੇ ਹੀ ਵੇ ਠੀਕ ਹੈ ਠੀਕ ਜਿਸ ਟਾਈਮ ਮੈਂ ਸੂਸੀ ਦਾ ਗੁਲਰ ਮੈਂ ਕੋ ਫੋਨ ਕਰਕੇ ਦੇਣਾ ਵੀ ਮਾਨ ਵੀ ਆ ਕੇ ਕੁੱਤਾ ਚਾਹ ਮੈਂ ਨਹੀਂ ਦਿਵਾ ਠੀਕ ਹੈ ਵੀਰ ਮੈਂ ਤੁਹਾਨੂੰ ਬੈਕ ਕੈਮਰਾ ਨੇ ਕੁੱਤੀ ਦਿਖਾਣਾ ਕਮਾਲ ਹੈ ਓਰੀਜਨਲ ਜਰਮਨ ਸ਼ਾਫਟ ਹੈ ਇਹ ਚੀਜ਼ ਚੈੱਕ ਕਰੋ ਕਮਾਲ ਹੈ ਬੜੀ ਬਿਹਤਰੀਨ ਚੀਜ਼ ਹੈ ਤੇ ਮੈਂ ਕੋ ਬੜਾ ਸ਼ੌਂਕ ਹੈ ਇਹਦਾ ਕੁੱਤਾ ਰੱਖਣ ਦਾ ਜਰਮਨ ਸ਼ਾਫਟ ਬੜਾ ਵੀਆਈਪੀ ਚੀਜ਼ ਹੁੰਦੀ ਹੈ ਟੰਗਾ ਦੇਖੋ ਇਹਨਾਂ ਠੀਕ ਹੈ ਭਈਆ ਤੁਹਾਡੇ ਜ਼ਿੰਮੇ ਵਾਲਾ ਬੜੀ ਮਿਹਰਬਾਨੀ ਓਏ ਗੰਨੇ ਵਾਲਾ ਤੁਸੀਂ ਰੱਡਾ ਨਾ ਚੀ ਵਧਿਓ ਵੀਰ ਜੇ ਵਾਪਸੀ ਤੋਂ ਉਥੋਂ ਗੰਨੇ ਵਾਲਾ ਗਹਿਣ ਕੀਤੇ ਨੇ ਬੜੇ ਖੁਸ਼ੀ ਤਾਂ ਨੇ ਆਪਣੀ ਕਾਦ ਕੋਲ ਵੱਡੇ ਵੱਡੇ ਗੰਨੇ ਸੀ ਵਧਿਓ ਮੁਕਤ ਸੀ ਤੁਹਾਡੇ ਕੋਲੋਂ ਤੈ ਕੋ ਹੋਵੇ ਗੰਨਾ ਹੋਵੇ ਤਾਂ ਗੰਨਾ ਹੋਵੇ ਗਿਣ ਗਿਣ ਨੂੰ ਲੈ ਕਿਲੋ ਡੁਲਾ ਇਹ ਕੋਦੇ ਕੋਲ ਲੈ ਲੈ ਕਿੰਨੇ ਕੋਲ ਲੈ ਲੈ घर पहुंच गए तो मोहम्मद शाही गन्ने वाला उतो वापसी रे चाहिए है तो उम्मीद करें तो सारी वीडियो अच्छी लगी अगर वीडियो अच्छी लगी हो तो सारे यूट्यूब चैनल को सब्सक्राइब कर दिन सो तो बैल आइकन पे क्लिक करो ताकि आने वीडियो थोड़े तक पहुंच सके तो इतने करें वीडियो के एंड तो इंशाल्लाह तक मिलो नई वीडियो तब तक के लिए अल्लाह हाफिज़ मोहम्मद शाह जी अल्लाह हाफिज़ हाथ लाजा अल्लाह हाफिज़ अल्लाह हाफिज़।